ਸਵਾਗਤ ਸਰ ਮੈਂ ਇਹ ਕੁਐਸਚਨ ਕਰਨਾ ਚਾਹੁੰਦਾ ਸੀਗਾ ਕਿ ਜਿਹੜੇ ਲੋਕ ਲਾਲ ਡੋਰੇ ਤੋਂ ਬਾਹਰ ਜਿਹਨਾਂ ਨੇ ਮਕਾਨ ਬਣਾ ਲਏ ਆ ਉਹ ਤੁਸੀਂ ਉਹਦੇ ਉਹਨਾਂ ਵਾਸਤੇ ਕੀ ਕਰਨਾ ਚਾਹੋਗੇ ਜੋ ਵੀ ਮਕਾਨ ਲਾਲ ਡੋਰੇ ਕੇ ਬਾਹਰ ਬਣੇ ਹੈ ਰੈਡ ਲਾਈਨ ਸੇ ਬਾਹਰ ਬਣੇ ਹੈ ਭਾਰਤੀ ਜਨਤਾ ਪਾਰਟੀ ਨੇ ਇਹ ਡਿਕਲੇਅਰ ਕੀਆ ਹੈ ਕਿ ਹਮ ਉਨ ਸਾਰੇ ਮਕਾਨੋਂ ਕੋ ਰੈਗੂਲਰਾਈਜ਼ ਕਰਵਾਏਂਗੇ ਉਨਕੋ ਬਿਜਲੀ ਪਾਣੀ ਕੇ ਕਨੈਕਸ਼ਨ ਦੇਂਗੇ ਔਰ ਜੋ ਉਨਕੋ ਡਿਮੋਲੀਸ਼ਨ ਕੇ ਨੋਟਿਸ ਆਏ ਹੈ ਵੋ ਕੋਈ ਵੀ ਟੂਟਨੇ ਨਹੀਂ ਦਿਆ ਜਾਏਗਾ ਮਕਾਨ ਸਾਰੇ ਮਕਾਨੋਂ ਕੋ ਰੈਗੂਲਰਾਈਜ਼ ਕੀਆ ਜਾਏਗਾ ਧੰਨਵਾਦ ਔਰ ਦੂਸਰੀ ਬਾਤ ਮੈਂ ਇਹ ਪੁੱਛਣਾ ਚਾਹਤਾ ਸਾ ਸਰ ਜੋ ਕੋਟੇ ਕੇ ਮਕਾਨ ਟ੍ਰਾਂਸਫਰੇਬਲ ਟ੍ਰਾਂਸਫਰ ਨਹੀਂ ਹੋ ਰਹੇ ਹੈ ਔਰ ਚੰਡੀਗੜ੍ਹ ਹਾਊਸਿੰਗ ਬੋਰਡ ਉਨਕੋ ਅਭੀ ਤੱਕ ਉਨ੍ਹਾਂ ਨੇ ਕੋਈ ਐਸੀ ਸਕੀਮ ਨਹੀਂ ਲਾਈ ਉਨਕੋ ਟ੍ਰਾਂਸਫਰ ਕਰਨੇ ਕੇ ਲੀਏ ਬਹੁਤ ਸੇ ਲੋਕ ਇਸ ਸ਼ਸ਼ੋਪੰਜ ਮੇ ਹੈ ਕਿ ਹਮ ਲੋਗ ਫਸ ਗਏ ਹੈ ਜੋ ਕੋਟੇ ਕੇ ਮਕਾਨ ਖਰੀਦ ਚੁਕੇ ਹੈ ਉਨਕੇ ਲੀਏ ਆਪ ਕਿਆ ਕਰੇਂਗੇ ਸਰ ਹਮਨੇ ਕਿਹਾ ਕਿ ਨਾ ਸਿਰਫ ਕੋਟੇ ਕੇ ਮਕਾਨ ਬਲਕਿ ਜੋ ਵੀ ਜੀਪੀਏ ਪਰ ਬਿਕੇ ਮਕਾਨ ਹੈ ਜੋ ਵੀ ਸਾਰੇ ਐਸੇ ਲੋਗੋਂ ਨੇ ਮਕਾਨ ਕੀਏ ਹੋਏ ਉਨ ਪਰ ਜੋ ਰਿਸਟ੍ਰਿਕਸ਼ਨਸ ਹੈ ਟ੍ਰਾਂਸਫਰ ਪਰ ਉਹ ਰਿਸਟ੍ਰਿਕਸ਼ਨ ਹਟਾਈ ਜਾਏਗੀ ਕੋਈ ਵੀ ਆਦਮੀ ਆਪਣੀ ਪ੍ਰਾਪਰਟੀ ਵੇਚਣਾ ਚਾਹੇ ਖਰੀਦਣੇ ਵਾਲਾ ਖਰੀਦਣਾ ਚਾਹੇ ਇਸਮੇ ਕਿਸੇ ਕੋ ਆਪੱਤੀ ਨਹੀਂ ਹੋਣੀ ਚਾਹੀਏ ਸਾਰੀ ਰਿਸਟ੍ਰਿਕਸ਼ਨ ਹਟਾ ਕਰ ਇਸਕੋ ਓਪਨ ਕਰਾਇਆ ਜਾਏ ਬਹੁਤ ਬਹੁਤ ਮਿਹਰਬਾਨੀ